ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਬ੍ਰਾਂਚ ਕਲੋਨੀ ਮਾਹਿਲਪੁਰ ਵੱਲੋਂ ਸਕੂਲ ਦਾ ਸਾਲਾਨਾ ਫੰਕਸ਼ਨ ਹੈੱਡ ਟੀਚਰ ਸੁਰੇਖਾ ਰਾਣੀ ਦੀ ਅਗਵਾਈ ਹੇਠ ਕਰਵਾਇਆ ਗਿਆ, ਜਿਸ ਵਿੱਚ BPO ਸੁਚਾਰਾਮ ਬੰਗਾ, ਜਗਦੀਪ ਸਿੰਘ ਉੱਪਰ ਦਾ ਨਗਰ ਕੌਂਸਲ ਮਾਹਿਲਪੁਰ, ਨਿਰਮਲ ਕੌਰ ਬੱਧਣ, ਸਾਕਾ MC ਰਾਮਲਵਾਇਆ, ਨਿਰਮਲਾ ਕੁਮਾਰੀ, ਨਰਿੰਜਣ ਸਿੰਘ, ਸੁਰਿੰਦਰ ਸਿੰਘ CMT, ਪੰਕਜ ਵਰਮਾ HT, ਚਰਨਜੀਤ ਸਿੰਘ, ਜੋਗਿੰਦਰਪਾਲ MC ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਹੈੱਡ ਟੀਚਰ ਸੁਰੇਖਾ ਰਾਣੀ ਅਤੇ ਸਮੂਹ ਸਟਾਫ ਵੱਲੋਂ ਸਮਾਗਮ ਵਿੱਚ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਵਿੱਚ ਹਾਜ਼ਰ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਸਕੂਲ ਸਟਾਫ ਵੱਲੋਂ ਸਾਲਾਨਾ ਸਮਾਗਮ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਬਹੁਤ ਹੀ ਵਧੀਆ ਉਪਰਾਲਾ ਹੈ, ਇਸ ਨਾਲ ਬੱਚਿਆਂ ਦਾ ਸਰਵਪੱਖੀ ਵਿਕਾਸ ਹੁੰਦਾ ਹੈ। ਇਸ ਮੌਕੇ ਮੈਡਮ ਰਮਨਦੀਪ, ਮੈਡਮ ਭਾਰਤੀ, ਰਵੀਨਾ, ਮਨਜੋਤ ਸਮੇਤ ਬੱਚਿਆਂ ਦੇ ਮਾਤਾ ਪਿਤਾ ਹਾਜ਼ਰ ਸਨ। ਸਾਂਝ ਨਿਊਜ਼ ਲਈ ਮਾਹਿਲਪੁਰ ਤੋਂ ਜਸਵਿੰਦਰ ਹੀਰ ਦੀ ਵਿਸ਼ੇਸ਼ ਰਿਪੋਰਟ। ਜਾਂਦੀ ਸੀ ਮੈਂ।
ਅੱਜ ਦਾ ਜੋ ਸਾਲਾਨਾ ਫੰਕਸ਼ਨ ਸਰਕਾਰ ਦੀ ਹਦਾਇਤ ਅਨੁਸਾਰ ਸਾਰੇ ਸਕੂਲਾਂ ਵਿੱਚ ਕਰਵਾਇਆ ਜਾ ਰਿਹਾ। ਇਸਦਾ ਇੱਕੋ ਇੱਕ ਮਕਸਦ ਕਿ ਬੱਚਿਆਂ ਵਿੱਚ ਬਹੁਤ ਸਾਰੀ ਪ੍ਰਤਿਭਾ ਛਪੀ ਹੁੰਦੀ ਹੈ, ਉਸ ਨੂੰ ਇਹਨਾਂ ਪ੍ਰੋਗਰਾਮਾਂ ਦੁਆਰਾ ਬਾਹਰ ਲਿਆਉਣ ਦਾ ਇੱਕੋ ਇੱਕ ਮਕਸਦ ਹੈ, ਤਾਂ ਕਿ ਸਾਡੇ ਜਿਹੜੇ ਬੱਚੇ ਆ ਉਹ ਕਿਸੇ ਵੀ ਪੜ੍ਹਾਈ ਦੇ ਨਾਲ ਨਾਲ ਕਿਸੇ ਵੀ ਫੀਲਡ ਵਿੱਚ ਪਿੱਛੇ ਨਾ ਰਹਿਣ। ਮੈਡਮ ਸੁਰੇਖਾ ਜੀ, ਜਦ ਤੋਂ ਇਸਨੇ ਜੁਆਇਨ ਕੀਤਾ ਹੈ, ਮੇਨ ਜੋ ਇਸ ਸਕੂਲ ਦੇ ਨਾਤੇ ਪ੍ਰਬੰਧਕ ਹੋਣ ਦੇ ਨਾਤੇ ਉਹਨਾਂ ਸਭ ਤੋਂ ਪਹਿਲਾਂ ਸਕੂਲ ਨੂੰ ਜਿਹੜਾ ਅਨੁਸ਼ਾਸਨਬੱਧ ਕੀਤਾ, ਕਿਉਂਕਿ ਹਰ ਇੱਕ ਸਕੂਲ ਸੰਸਥਾ ਜਾਂ ਘਰ ਜਦੋਂ ਸਾਰੇ ਇੱਕ ਅਨੁਸ਼ਾਸਨ ਵਿੱਚ ਆਉਂਦੇ ਹਨ ਅਤੇ ਉਹ ਤਰੱਕੀ ਹੀ ਕਰਦੇ ਹਨ। ਸੋ ਸਭ ਤੋਂ ਪਹਿਲਾਂ ਉਹਨਾਂ ਨੇ ਇੱਥੇ ਅਨੁਸ਼ਾਸਨ ਕਾਇਮ ਕੀਤਾ, ਸਕੂਲ ਦੀ ਬਿਹਤਰੀ ਲਈ, ਸਕੂਲ ਨੂੰ ਰੰਗ ਰੋਗਨ, ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਜੋ ਵੀ ਇਹ ਕਾਰਜਕ੍ਰਮ ਕੀਤਾ ਗਿਆ ਹੈ ਉਹ ਤੁਸੀਂ ਦੇਖ ਰਹੇ ਹੋ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜਿੰਨੇ ਵੀ ਸਕੂਲ ਦੇ ਬੱਚੇ ਵਿਲੱਖਣ ਪ੍ਰਤਿਭਾ ਵਾਲੇ ਬੱਚੇ ਉਹਨਾਂ ਨੂੰ 31 ਮਾਰਚ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਸੋ ਤੁਹਾਡਾ ਸਾਰਿਆਂ ਦਾ, ਸਕੂਲ ਸਟਾਫ ਦਾ ਇੱਥੇ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ ਜੀ।